ਗੱਡੀ ਹੱਥ ਲਾਏ ਤੋਂ ਬਿਨਾ ਆਗਿਆ ਲਾਏ ਤੋਂ ਬਿਨਾ ਗੱਡੀ ਦੀ ਸੀਟ ਤੇ ਬੈਠ ਵੀ ਜਾਣਾ ਮਾਂ ਮਾਂ ਕਹਿ ਕੇ ਬੋਲ ਮਾਰਦੇ ਰਹਿਣਾ ਜਦ ਤੱਕ ਮਾਂ ਬੁੱਕਲ ਚ ਨਾ ਲੈਂਦੀ ਕੰਨ ਥੱਲੇ ਟਿੱਕਾ ਨਾ ਲਾਉਂਦੀ ਕਦੇ ਘਰੋਂ ਨਹੀਂ ਚੱਲਿਆ ਸੀ ਵੀਰ 29 ਤਰੀਕ ਪਤਾ ਨਹੀਂ ਕਿਹੋ ਜਿਹੀ ਆਈ ਕਿ ਮਾਂ ਪਿੰਡ ਵਿੱਚ ਮਰਗ ਹੋਈ ਸੀ ਕਿਸੇ ਦੇ ਬੈਠਣ ਚੱਲੀ ਗਈ ਪਰ ਮੈਂ ਘਰ ਵਿਖੇ ਸੀ ਮੈਂ ਕਿਹਾ ਵੀ ਮੈਂ ਪੁੱਤਰ ਤੇਰੇ ਨਾਲ ਚੱਲਦਾ ਪਰੰਤੂ ਕਹਿੰਦਾ ਤੁਹਾਡੇ ਕੱਪੜੇ ਠੀਕ ਨਹੀਂ ਮੈਂ ਖੇਤੋਂ ਆਇਆ ਸੀ ਤੇ ਤੁਸੀਂ ਆਰਾਮ ਕਰ ਲਓ ਨਾ ਧੋ ਲਓ ਮੈਂ 5 ਮਿੰਟਾਂ 'ਚ ਬਸ ਜੂਸ ਵਗੈਰਾ ਪੀ ਕੇ ਵਾਪਸ ਆ ਗਿਆ ਤਾਂ ਜਿਹੜਾ ਉਹ ਮੈਂ ਹਮੇਸ਼ਾ ਪਰਦੇ ਦੀ ਤਰ੍ਹਾਂ ਪਰਛਾਵਾਂ ਬਣ ਕੇ ਬੱਚੇ ਦੇ ਨਾਲ ਰਿਹਾ ਸਾਰੀ ਜ਼ਿੰਦਗੀ ਤੇ ਆਖਰ ਸਮੇਂ ਦੇ ਉੱਤੇ ਵੀਰੋ ਮੈਂ ਵੀ ਖੁੰਝ ਗਿਆ ਤੇ ਅੱਜ ਮੇਰੇ ਹੱਥ ਉਹ ਸਮਾਂ ਨਹੀਂ ਲੱਗ ਰਿਹਾ ਮੈਨੂੰ ਵਾਰ ਵਾਰ ਪਛਤਾਉਣ ਤੋਂ ਇਲਾਵਾ ਮੇਰੇ ਪੱਲੇ ਕੁਛ ਵੀ ਨਹੀਂ ਰਿਹਾ।